ਜੀ ਸਰ ਭਾਗੋਵਾਲ ਦੇ ਵਿੱਚ ਕਿੰਨੇ ਪਰਿਵਾਰ ਸ਼ਾਮਲ ਹੋਏ ਆ ਅਤੇ ਕੀ ਤੁਸੀਂ ਆਸ਼ਵਾਸਨ ਦਿੱਤਾ ਸੀ? ਸਭ ਤੋਂ ਪਹਿਲਾਂ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਸਰਦਾਰ ਜੀ ਸੀਐਮ ਸਾਹਿਬ, ਉਹਨਾਂ ਦੇ ਕੰਮ ਕਰਨ ਦੇ ਤਰੀਕੇ ਤੋਂ ਨਿਰਪੱਖ ਫੈਸਲਿਆਂ ਤੋਂ ਪ੍ਰਭਾਵਿਤ ਹੋ ਕੇ ਹਲਕਾ ਫਤਿਹਗੜ੍ਹ ਧੜਾ ਧੜ ਸੰਘਰਸ਼ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਈ। ਅੱਜ ਸਾਡੇ ਸਰਕਾਰ ਯੋਗ ਗੁਰਦੀਪ ਸਿੰਘ ਜੀ ਜੋ ਅਕਾਲੀ ਦਲ ਸੰਸਦ ਪ੍ਰਧਾਨ ਛਿਆਲੀ ਮੈਂਬਰ ਦਿੱਤੇ, ਅੱਜ ਤਕਰੀਬਨ 45 ਤੋਂ ਪਲੱਸ ਪਰਿਵਾਰ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ। ਸਾਡਾ ਵੱਡਾ ਵੀਰ ਮੇਰਾ ਖਾਂਡਾ ਜਿਹੜਾ ਬਾਬਾ ਨਾਮ ਨਾਨਕ ਜਿਹਨਾਂ ਦੀ ਮਿਹਨਤ ਸਦਕਾ ਜੀ ਇਹਨਾਂ ਦੇ ਰਿਸ਼ਤੇਦਾਰ ਨੇ ਖਾਸ ਅਜੇ ਦੇ ਪੁੱਤਰ ਨੇ ਅੱਜ ਗੁਰਦੀਪ ਸਿੰਘ ਜੋ ਵੀ ਆਮ ਆਦਮੀ ਪਾਰਟੀ ਬਾਰੇ ਇਹਨਾਂ ਨੇ ਆ ਕੇ ਸਮਝਾਇਆ, ਜੋ ਵੀ ਗੱਲਬਾਤ ਕੀਤੀ, ਅੱਜ ਆਪਣੀ ਸਾਰੀ ਟੀਮ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਮੈਂ ਸਾਰੇ ਪਿੰਡ ਵਾਸੀਆਂ ਨੂੰ ਜੋ ਵੀ ਟੀਮ ਅੱਜ ਸ਼ਾਮਲ ਹੋਈ ਹੈ ਉਹਨਾਂ ਨੂੰ ਪਾਰਟੀ ਦੀਆਂ ਬਹੁਤ ਬਹੁਤ ਧੰਨਵਾਦ ਕਰਦਾ। ਸਾਡੀ ਆਮ ਆਦਮੀ ਟੀਮ ਸਰਦਾਰ ਸਿੰਘ ਜੀ ਅਮਨਦੀਪ ਸਿੰਘ ਜੀ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ, ਕਿਉਂਕਿ ਉਹਨਾਂ ਨੇ ਵੀ ਕਾਫੀ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਮੈਂ ਬਾਅਦ ਉਹਨਾਂ ਤੱਕ ਜੋ ਪਾਸਾ ਵੀਜ਼ਾ ਲੈ ਕੇ ਸਾਡਾ ਵੀਰ ਗੁਰਦੀਪ ਆਮ ਆਦਮੀ ਪਾਰਟੀ ਦੇ ਵਿੱਚ ਟੀਮ ਦੇ ਨਾਲ ਸ਼ਾਮਲ ਹੋਇਆ, ਜਿਹਨਾਂ ਦੀਆਂ ਉਮੀਦਾਂ ਦਿੱਤੀਆਂ ਔਰ ਪਿੰਡ ਨੂੰ ਨਿਰਪੱਖ ਕਿਉਂਕਿ ਜੋ ਵੀ ਪਿੰਡ ਦੇ ਵਿੱਚ ਕੰਮ ਕਰੀ ਜ਼ਰੂਰਤ ਹੋਈ, ਪਿੰਡ ਕਾਫੀ ਵੱਡਾ ਪਿੰਡ ਹੈ ਭਾਗੋਵਾਲ ਪਿੰਡ ਵਿੱਚ ਚੰਡੀਗੜ੍ਹ ਕਿੰਨੇ ਕੰਮ ਕਰੀ, ਇਸ ਪਿੰਡ ਨੂੰ ਖਾਸ ਤੌਰ 'ਤੇ ਆਪਣੀ ਦਿਲ ਦੇ ਵਿੱਚ ਰੱਖੀ ਕੁਝ ਪਰਿਵਾਰ ਵੀ ਸ਼ਾਮਲ ਹੋਏ ਆ, ਕੁਝ ਤੁਸੀਂ ਆਣ ਕੇ ਮਿਹਨਤ ਸਦਕਾ ਕਰਵਾਏ ਨੇ, ਕੀ ਕਹਿਣਾ ਤੁਹਾਡਾ? ਅੱਜ ਜਿਹੜਾ ਭਾਗੋਵਾਲ ਚੋਣ ਦਾ ਮੇਨ ਮਕਸਦ ਸੀਗਾ ਕਿ ਆਮ ਆਦਮੀ ਪਾਰਟੀ ਨੂੰ ਅੱਗੇ ਲੈ ਕੇ ਜਾਣਾ। ਅੱਜ ਅਕਾਲੀ ਦਲ ਨੂੰ ਮੇਰੇ ਹਿਸਾਬ ਨਾਲ ਬਹੁਤ ਵੱਡਾ ਝਟਕਾ ਲੱਗਾ। ਅਕਾਲੀ ਦਲ ਦਾ ਸਦਰ ਪ੍ਰਧਾਨ ਜਿਹੜਾ ਗੁਰਪ੍ਰੀਤ ਹੈ ਕਾਲੋਂ ਭਾਗੋਵਾਲ, ਉਹ ਅਕਾਲੀ ਦਲ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ 'ਚ ਆਪਣੀ ਟੀਮ ਨੂੰ ਲੈ ਕੇ ਆਇਆ। ਅਸੀਂ ਇਹਦਾ ਵੈਲਕਮ ਕਰਦੇ ਹਾਂ ਆਮ ਆਦਮੀ ਪਾਰਟੀ 'ਚ, ਔਰ ਮੈਂ ਉਮੀਦ ਹੋਣਾ ਕਿ ਆਮ ਆਦਮੀ ਪਾਰਟੀ 'ਚ ਨੂੰ ਬਣਦਾ ਮਾਣ ਸਤਿਕਾਰ ਜਿਹੜਾ ਉਹ ਪਾਰਟੀ ਜ਼ਰੂਰ ਦੇਵੇਗੀ। ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਮੇਰੇ ਤਾਂ ਅੱਜ ਦਾ ਪਿੰਡ 'ਚ ਇੰਨੀ ਮੈਂ ਪਹਿਲੀ ਵਾਰੀ ਵੇਖਿਆ ਕਿ ਭਾਗੋਵਾਲ 'ਚ ਇੰਨਾ ਇਕੱਠ ਜਿਹੜਾ ਆਮ ਆਦਮੀ ਪਾਰਟੀ ਦਾ ਹੋਣਾ, ਇੱਕ ਚੰਗਾ ਸੰਕੇਤ ਆਉਣ ਵਾਲੇ 2024 ਨੂੰ ਲੈ ਕੇ ਲੋਕ ਤਰ੍ਹਾਂ ਤਰ੍ਹਾਂ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਨੇ, ਖੁਸ਼ੀ ਦੀ ਗੱਲ ਹੈ। ਇੰਨਾ ਕਹਿੰਦਾ ਜਿਹੜੇ ਆਏ ਨੇ ਉਹਨਾਂ ਨੂੰ ਵੈਲਕਮ ਇੰਨਾ ਕਰਨਾ।